नमस्कार दोस्तों, मैं तुहाडा अपना एसके सक्सेना। तुसी देखो आज तक आमने सामने गल करी, जिंदर कैंट की गल करी, आखिरकार वड्डा मारजा की है कि वह मसला थाने तक पहुंच गया। सब ने पहला भाई साहब की ना तुहाडा जोगीलाल जी, जोगीलाल जी की समस्या की है थाने विच तुसी आए हो अज? ਇਹ ਸਾਡੀ ਹੈ ਨਾ ਐਸੀ ਕਲੋਨੀ ਆ, ਉੱਥੇ ਭਗਵਾਨ ਵਾਲਮੀਕਿ ਮਹਾਰਾਜ ਦਾ ਇੱਕ ਦਰਬਾਰ ਆ, ਬਾਕੀ ਅਸੀਂ ਜੰਝ ਘਰ ਬਣਾ ਰਹੇ ਲੋਕਾਂ ਦੇ ਦੁੱਖ ਸੁੱਖ ਵਾਸਤੇ। ਤੇ ਸਾਨੂੰ ਇੱਕ ਕ੍ਰਿਸਚਨ ਲੇਡੀਜ਼ ਹੈਗੀ ਆ, ਇੱਕ ਮਾਰਸ਼ਲ ਦੋ ਚਾਰ ਹੀ ਆ, ਬਾਕੀ ਸਾਰੀ ਕਲੋਨੀ ਨਾਲ ਆ। ਉਹ ਕਹਿੰਦੇ ਸਾਨੂੰ ਨਾ ਚਰਚ ਵਾਸਤੇ ਜਗ੍ਹਾ ਦਿਓ, ਜਦਕਿ ਜੇ ਅਸੀਂ ਚਰਚ ਵਾਸਤੇ ਜਗ੍ਹਾ ਦਿੰਦੇ ਹਾਂ ਤਾਂ ਸਾਡੇ ਕੋਲ ਵਿਆਹ ਸ਼ਾਦੀ ਕਰਨ ਵਾਸਤੇ ਹਾਲ ਨਹੀਂ ਬਚਦਾ। ਅਸੀਂ ਗਰੀਬ ਲੋਕ ਆ, ਗਰੀਬਾਂ ਲੋਕਾਂ ਵਾਸਤੇ ਪੰਡਾਲ ਪੈਲਸ ਕਰਨਾ ਬੜਾ ਔਖਾ ਗੱਲ ਆ। ਤੋ ਉਹ ਸੁਵਿਧਾ ਵਾਸਤੇ ਅਸੀਂ ਕਿਹਾ ਵੀ ਨਹੀਂ, ਅਗਰ ਅਸੀਂ ਹਾਲ ਕਿੱਥੇ ਬਣਾਵਾਂਗੇ ਤਾਂ ਇੰਨੀ ਕੁ ਮਹਿੰਗਾਈ 'ਚ ਗਾਹ ਵਿਆਹ ਸ਼ਾਦੀਆਂ ਕਰਨੇ ਪੈਂਦੇ ਬੱਚੇ ਦੇ। ਉਸ ਵਾਸਤੇ ਅਸੀਂ ਉਹਨੂੰ ਕਿਹਾ ਵੀ ਨਹੀਂ, ਅਸੀਂ ਇਹ ਨਹੀਂ ਦੇ ਸਕਦੇ। ਤਾਂ ਸਾਡੇ ਦੇ ਨਾ ਗਾਗੋ ਨੇ ਕੱਲ੍ਹ ਪਰਸੋਂ ਰਾਤ ਨੂੰ ਇੱਕ ਝੂਠੀ MLR ਕਟਾ ਕੇ ਜਗਦੀਪ SI ਜੀ ਹੁਣਾਂ ਨੂੰ ਮਾਰਕ ਕਰ ਦਿੱਤੀ। ਉਹਨਾਂ ਨੇ ਪਰਸੋਂ ਕੱਲ੍ਹ ਸਵੇਰੇ ਮੈਨੂੰ ਫੋਨ ਆ ਗਿਆ ਕਿ ਤੁਹਾਡੇ 'ਤੇ ਕੋਈ MLR ਕੱਟ ਹੋਈ ਹੈ। ਮੈਂ ਕਿਹਾ ਕਿਸ ਵਿਸ਼ੇ 'ਤੇ? ਤਾਂ ਕਹਿੰਦੇ ਤੁਸੀਂ ਗਾਗੋ ਨੂੰ ਕੁੱਟਮਾਰ ਕੀਤੀ। ਤਾਂ ਜਦਕਿ ਜਿਹਨਾਂ ਦੇ ਨਾਂ ਲੈਂਦੇ ਆ, ਗਾਗੋ ਮੇਰਾ ਨਾਂ ਲੈ ਰਹੀ ਸੀ, ਮੈਂ ਉਸ ਵਕਤ ਘਰ ਸੀ, ਭਗਵਾਨ ਵਾਲਮੀਕਿ ਪੂਰੀ ਕਮੇਟੀ ਦੇ ਨਾਲ ਸੀ, ਅਸੀਂ ਸਾਰੇ ਕਮੇਟੀ ਮੈਂਬਰ ਸੀ, ਸਾਡੇ ਪ੍ਰਧਾਨ ਅਸ਼ੋਕ ਕੁਮਾਰ ਜੀ ਸੀ, ਉਹ ਜਿਸ ਸ਼ਾਮ 5 ਵਜੇ ਦਾ 5:30 ਦਾ ਟਾਈਮ ਲੈ ਰਹੇ ਸੀ। ਅਸ਼ੋਕ ਕੁਮਾਰ ਪ੍ਰਧਾਨ ਜੀ ਮਹਿਤਪੁਰ ਗਏ ਸੀ ਉਸ ਵਕਤ, ਮਹਿਤਪੁਰ ਆਪਣੇ ਵਿਆਹ ਦੇ ਕਾਰਡ ਵਗੈਰਾ ਸਵੇਰ ਤੋਂ ਹੀ ਗਏ ਸੀ, ਰਾਤੀ 11 ਵਜੇ ਆਏ। ਤਾਂ ਮੇਰੇ ਲੜਕੇ ਦਾ ਨਾਂ ਲੈ ਰਹੀ ਸੀ, ਉਹ ਉਸ ਵਕਤ ਗਏ ਸੀ ਨਕੋਦਰ, ਉਹ ਬਾਬੂ ਲਾਲ ਬਾਦਸ਼ਾਹ ਜੀ ਦੇ ਗਏ ਸੀ ਕਿਸੇ ਆਪਣੇ ਫਰੈਂਡਸ ਦੇ ਨਾਲ। ਤਾਂ ਉਸ ਵਕਤ ਉਹ ਨਕੋਦਰ ਦੀ ਲੋਕੇਸ਼ਨ ਬੋਲਦੀ, ਉਹ ਨਾਲ ਨੱਥੀ ਕਰ ਦਿੱਤੀ। ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਸਾਡੇ ਨਾਲ ਨਿਆਏ ਨਾ ਧੱਕਾ ਨਾ ਹੋਵੇ, ਸਾਡੀ ਹੱਕ ਰਸੀ ਹੋਣੀ ਚਾਹੀਦੀ। ਜੇ ਅਸੀਂ ਵਾਕਈ ਸਬੂਤ ਕੋਈ ਕਿਤੇ ਜਿੱਥੇ ਦੀ ਲੋਕੇਸ਼ਨ ਬੋਲਦੀ, ਆਰਮੀ ਏਰੀਆ ਆ, ਆਰਮੀ ਏਰੀਏ ਵਿੱਚ ਲੋਕੇਸ਼ਨ ਕਢਾਈ ਜਾਵੇ ਔਰ ਫਿਰ ਸਾਨੂੰ ਦੱਸਿਆ ਜਾਵੇ। ਅਸੀਂ ਉਦੋਂ ਲਾਗੇ ਤੱਕ ਨਹੀਂ ਕਦੇ ਗਾਗੋ ਗਏ, ਔਰ ਉਲਟਾ ਸਾਨੂੰ ਉਹਨੇ ਮਹੱਲੇ 'ਚ ਸਾਰੀ ਬਰਾਰੀ ਨੂੰ ਚੂੜੇ 'ਚ ਮਾਰ ਕਹਿ ਕੇ ਮੂਰਤੀ ਪੂਜਾ ਦਾ ਖੰਡਨ ਕਰਦੀ ਆ, ਫਿਰ ਭਗਵਾਨ ਵਾਲਮੀਕਿ ਮਹਾਰਾਜ ਨੂੰ ਸ਼ੈਤਾਨ ਕਹਿ ਦਿੰਦੀ ਆ। ਉਹਦੇ ਨਾਲ ਕਈ ਉੱਥੇ ਮੀਰ ਚੌਲ ਦਾ ਲੰਗਰ ਲਾਇਆ, ਅਸੀਂ ਉਹਨੂੰ ਬੋਲੇ ਵੀ ਸਾਡੇ ਮਰਿਆਦਾ ਤੁਸੀਂ ਮੰਦਰ ਦੇ ਵਿੱਚ ਲਾਇਆ ਜੀ, ਹਾਂਜੀ ਸਾਨੂੰ ਬਿਨਾਂ ਕੀਤਾ ਜੀ। ਉਹਦੇ 'ਚ ਭੋਲੇ ਦਾ ਵੀ ਸੀ, ਭੋਲਾ ਦੌਲਤ ਸਰਬ ਦੌਲਤੀ ਉਸਦਾ ਲੜਕਾ ਕੀ ਨਾਂ ਨਾ ਐਲਬਰਟ ਗਾਗੋ ਮਾਰਸ਼ਲ, ਇਹ ਚਾਰਾਂ ਜਣਿਆਂ ਦਾ ਕੋਈ ਪੈਸੇ ਇਕੱਠੇ ਕੀਤੇ ਉੱਥੇ ਮੰਦਰ 'ਚ ਲੰਗਰ ਲਾਤਾ ਜੀ। ਅਸੀਂ ਪ੍ਰਸ਼ਾਸਨ ਬੇਨਤੀ ਕਰਦੇ ਕਿ ਜਿਹੜੀ ਉਹਨੇ ਝੂਠੀ MLR ਕਟਾਈ ਆ, ਇਹਦੀ ਸਚਾਈ ਜਾਣ ਕੇ ਇਹਨੂੰ ਕੈਂਸਲ ਕੀਤਾ ਜਾਵੇ। ਅਗਰ ਸਾਡਾ ਅਸੀਂ ਸੱਚ ਆ ਤਾਂ ਸਾਡੇ 'ਤੇ ਕੀਤੀ ਜਾਵੇ, ਪਰ ਅਸੀਂ ਸੱਚ ਆ ਵੀ ਪਹਿਲਾਂ ਲੋਕੇਸ਼ਨ ਆਰਮੀ ਦੀ, ਦੇਖੋ ਆਰਮੀ ਦੇ ਥਾਂ ਥਾਂ ਆਪਾਂ ਇੰਟਰਵਿਊ ਨੇ ਤਾਂ ਕੈਮਰੇ ਲੱਗੇ ਹੋਏ ਆ, ਜੇ ਕਿਤੇ ਕੈਮਰੇ 'ਚ ਸਾਡੀ ਲੋਕੇਸ਼ਨ ਨੂੰ ਕੁੱਟ ਮਾਰਦੀ ਆਉਂਦੀ ਤਾਂ ਸਾਡੇ 'ਤੇ ਕਾਰਵਾਈ ਕੀਤੀ ਜਾਵੇ, ਜੇ ਨਹੀਂ ਆਉਂਦੀ ਤਾਂ ਇਹਦੀ MLR ਕੈਂਸਲ ਕੀਤੀ ਜਾਵੇ। ਇਹ ਤਾਂ ਬਣਦੀ ਕਾਨੂੰਨੀ ਕਾਰਵਾਈ, 182 ਬਣਦੀ ਆ, ਉਹ ਤੇ ਲਾਗੂ ਕੀਤੀ ਜਾਵੇ। ਸਰ ਕੀ ਨਾਂ ਤੁਹਾਡਾ? ਮੈਂ ਜੀ ਕਮਲ। ਕਮਲ ਜੀ, ਇਹ ਜੋ ਤੁਸੀਂ ਦੇਖਿਆ ਮੈਟਰ ਪੂਰਾ, ਐਕਚੁਅਲੀ ਮੈਟਰ ਪੂਰਾ ਹੈ ਕੀ? ਅਸਲ ਮੈਟਰ ਇਹ ਹੈਗਾ ਕਿ ਧੀਰਾਂ ਦੇ ਅੰਦਰ ਜਿਹੜੀ ਇੰਦਰਾ ਕਲੋਨੀ, ਇੱਥੇ ਵਾਲਮੀਕ ਸਮਾਜ ਵੱਲੋਂ ਕਲੋਨੀ ਕੱਟੀ ਗਈ ਸੀਗੀ ਔਰ ਵਾਲਮੀਕ ਭਗਵਾਨ ਵਾਲਮੀਕਿ ਜੀ ਦਾ ਮੰਦਿਰ ਹੈ ਉੱਥੇ, ਮਤਲਬ ਕਿ ਕੁਛ ਸ਼ਰਾਰਤੀ ਤੱਤਵ ਹੈਗਾ, ਜਿੱਦਾਂ ਕਿ ਲੇਡੀ ਹੈਗੀ ਹੈ ਗਾਗੋ ਵਾਈਫ ਆਫ ਅਸ਼ੋਕ ਕੁਮਾਰ ਤੇ ਹੋਰ, ਹਾਂ ਵਿਹਲੇ ਹੀ ਆ, ਮਤਲਬ ਕਿ ਇਹ ਕੁਛ ਸ਼ਰਾਰਤੀ ਤੱਤਵ ਹੈਗਾ ਜੋ ਕਿ ਆਪਣੇ ਹਿੰਦੂ ਧਰਮ ਦੀ ਮਰਿਆਦਾ ਨੂੰ, ਭਗਵਾਨ ਵਾਲਮੀਕਿ ਜੀ ਨੇ ਸਥਾਨ ਨੂੰ ਮਰਿਆਦਾ ਭੰਗ ਕਰਦੇ ਹੈਗੇ ਆ, ਉਸ ਦੇ ਮੁਤਲਕ ਕਰ ਰਹੇ ਸੀ। ਪੂਰਾ ਸਮਾਜ ਇਕੱਠਾ ਹੋਇਆ, ਬਾਬਾ ਦਾਸ ਦੀ ਟੀਮ ਵੀ ਮੇਰੇ ਨਾਲ ਆਈ ਹੈ, ਭਾਰਤੀ ਵਾਲਮੀਕਿ ਧਰਮ ਸਮਾਜ ਰਜਿਸਟਰਡ ਬਾਬਾ ਦਾਸ ਵੱਲੋਂ ਵੀ ਅਸੀਂ ਇਕੱਠੇ ਹੋਏ ਹਾਂ। ਸਾਡੀ ਇਹੀ ਪ੍ਰਸ਼ਾਸਨ ਤੋਂ ਮੰਗ ਆ ਕਿ ਜਿਹੜੀ ਫੇਕ ਕੀ MLR ਕਟਾਈ ਗਈ ਹੈ, ਉਹ ਕੋਈ ਵਾਲਮੀਕ ਸਮਾਜ ਦੇ ਜਾਂ ਵਾਲਮੀਕ ਸਮਾਜ ਦੇ ਅਹੁਦੇਦਾਰਾਂ ਦੇ ਖਿਲਾਫ ਇਹ ਸਾਜਿਸ਼ ਰਚੀ ਹੈ ਇਸ ਲੇਡੀ ਨੇ, ਇਸ ਦੇ ਉੱਤੇ ਇਨਕੁਆਇਰੀ ਕੀਤੀ ਜਾਵੇ ਔਰ ਅਸੀਂ ਇਨਕੁਆਇਰੀ CP ਸਾਹਿਬ ਕੋਲ ਪੇਸ਼ ਹੋ ਕੇ ਮਾਰਕ ਕਰਾਈ ਹੈ। ਔਰ ਅਸੀਂ ਇਹੀ ਕਹਾਂਗੇ ਕਿ ਇਨਕੁਆਇਰੀ ਮਾਰਕ ਹੋਣ ਤੋਂ ਬਾਅਦ ਜੋ ਵੀ ਨਤੀਜਾ ਸਾਹਮਣੇ ਆਏਗਾ ਕਿ ਜਿਹੜਾ ਵੀ ਦੋਸ਼ੀ ਪਾਏਗਾ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਔਰ ਇਸ ਝੂਠੇ MLR ਨੂੰ ਝੂਠੀ ਸਾਬਤ ਕਰਨ ਲਈ ਸਾਡੇ ਕੋਲ ਪੁਖਤਾ ਸਬੂਤ ਨੇ, ਵੀਡੀਓਜ਼ ਨੇ, ਸਾਡੀ ਲੋਕੇਸ਼ਨ ਦਾ ਮੋਬਾਈਲ ਦੀ ਆ ਜੋ ਕਿ ਇਹ ਦਰਸਾਉਂਦੀ ਹੈ ਕਿ ਉਸ ਵਕਤ ਸਾਡੇ ਵਿੱਚੋਂ ਕੋਈ ਵੀ ਮੌਜੂਦ ਨਹੀਂ ਸੀ, ਸਾਡੇ ਸਮਾਜ ਵਿੱਚੋਂ ਕਿਸੇ ਵੀ ਸਾਡੇ ਸਾਥੀ ਨੇ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਇਹ ਸਭ ਕੋ ਫੇਕ ਔਰ ਕੌਨਸੀਕੁਐਂਸੀ ਰਚ ਕੇ ਕਿ ਠੀਕ ਹੈ ਕਿ ਨਹੀਂ, ਕੌਨਸੀਕੁਐਂਸੀ ਰਚ ਕੇ ਇਸ ਲੇਡੀ ਦੀ ਨੀਅਤ ਹੈਗੀ ਹੈ ਕਿ ਮੈਨੂੰ ਜ਼ਬਰਦਸਤੀ ਉਸ ਮੰਦਿਰ ਦੇ ਵਿੱਚੋਂ ਕੁਛ ਜਗ੍ਹਾ ਦਿੱਤੀ ਜਾਵੇ ਤਾਂ ਕਿ ਮੈਂ ਆਪਣਾ ਵਿਰਸਾ ਦਿਖਾ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਸਕਾਂ। ਔਰ ਸਾਡਾ ਪੂਰਾ ਸਮਾਜ ਅੱਜ ਪੂਰੀ ਜ਼ੋਰ ਨਾਲ ਇਹ ਬੇਨਤੀ ਕਰੇਗਾ ਕੈਂਟ ਥਾਣੇ ਨੂੰ ਵੀ ਕਿ ਨਿਸ਼ਪਕਸ਼ ਜਾਂਚ ਕਰਕੇ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਇਸ ਲੇਡੀ ਦੇ ਵਿਰੁੱਧ ਜਾਂਚ ਸੌਂਪੀ ਜਾਵੇ CP ਸਾਹਿਬ ਨੂੰ ਔਰ ਇਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। ਔਰ ਇਸ ਤੋਂ ਇਲਾਵਾ ਵੀ
ਅਸੀਂ ਬਸ ਸਿਰਫ ਥਾਣੇ ਦੇ ਅੰਦਰ ਸਟੇਟਮੈਂਟ ਦੇਣ ਲਈ ਹਾਜ਼ਰ ਹੋਏ ਆ। ਸਟੇਟਮੈਂਟ ਦੇਣ ਤੋਂ ਬਾਅਦ ਅਸੀਂ ਜਲਦ ਸਟੇਟ ਨੈਸ਼ਨਲ ਐਸਸੀ ਕਮਿਸ਼ਨ ਔਰ ਨੈਸ਼ਨਲ ਐਸਸੀ ਕਮਿਸ਼ਨ ਨੂੰ ਇਹ ਸਾਰਾ ਮੁੱਦਾ ਉੱਥੇ ਪੁੱਟ ਅਪ ਕਰਾਂਗੇ। ਪੁੱਟ ਅਪ ਕਰਕੇ ਤੁਰੰਤ ਇਹਨਾਂ ਦੇ ਜਿੰਨੇ ਵੀ ਸ਼ਰਾਰਤੀ ਤੱਤ ਵਾ ਸਭ ਦੇ ਉੱਤੇ ਕਾਰਵਾਈ ਕਰਾ ਕੇ ਸਲਾਖਾਂ ਦੇ ਪਿੱਛੇ ਪਜਾਵਾਂਗੇ। ਬਿਲਕੁਲ ਭਾਈ, ਕੀ ਨਾਂ ਤੁਹਾਡਾ? ਮਨੀਸ਼ ਵਿਰਕ ਜੀ। ਅਸੀਂ ਜਿਹੜਾ ਇਹ ਧੱਕਾ ਹੋ ਰਿਹਾ ਵਾ ਜ਼ਮੀਨ ਦਾ, ਮਹਾਰਾਜ ਦੇ ਸਾਡੇ ਨਾਲ ਬੇਅਦਬੀ ਹੋ ਰਹੀ ਹੈ, ਉੱਤੇ ਕਾਰਵਾਈ ਚਾਹੁੰਦੇ ਹਾਂ। ਜਿਹੜੇ ਇਹਨਾਂ ਨਾਲ ਵੀ ਨਜਾਇਜ਼ ਕੀਤੀ ਜਾ ਰਹੀ ਹੈ ਉਹ ਵੀ ਪਰਚਾ ਜਿਹੜਾ ਹੈਗਾ ਕੈਂਸਲ ਕਰਾਉਣਾ ਚਾਹੁੰਦੇ ਹਾਂ। ਜੇਕਰ ਇਹ ਨਹੀਂ ਕੀਤਾ ਜਾਏਗਾ ਤੇ ਸਾਨੂੰ ਮਜਬੂਰਨ ਰੋੜਾਂ ਤੇ ਆਉਣਾ ਪਏਗਾ ਤੇ ਉਹਦੇ ਲਈ ਅਸੀਂ ਸੰਘਰਸ਼ ਕਰਨ ਨੂੰ ਤਿਆਰ ਹਾਂ। ਬਿਲਕੁਲ ਦੋਸਤੋ, ਪਰਚੇ ਦੀ ਗੱਲ ਕਰੀਏ, ਹੁਣ ਨਜਾਇਜ਼ ਜੋ ਵੀ ਕੀਤੀ ਆ ਰਹੀ ਹੈ ਕਦੇ ਵੀ ਬਰਦਾਸ਼ਤ ਨਹੀਂ ਕੀਤਾ। ਜਨਰਲ ਥਾਣੇ ਦੀ ਗੱਲ ਕਰੀਏ, ਇਸ ਕੈਂਟ ਦੇ ਵਿੱਚ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨਾਲ ਬਿਲਕੁਲ ਜੋ ਧੱਕਾ ਹੋ ਰਿਹਾ, ਇਹਨਾਂ ਦਾ ਕਹਿਣਾ ਕਿ ਨਜਾਇਜ਼ ਹੋ ਰਿਹਾ। ਇਹਨਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਕੋਲੋਂ ਕਿ ਵੰਦੀ ਕਾਰਵਾਈ ਕੀਤੀ ਜਾਵੇ, ਜਿਹਦੇ ਖਿਲਾਫ ਵੀ ਕੋਈ ਪੁਖਤਾ ਸਬੂਤ ਮਿਲਦੇ ਆ ਉਹਨਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਹੈ। ਕੈਮਰਾਮੈਨ ਦੇ ਨਾਲ ਐਸ ਕੇ ਸਿਕਸਨਾ ਆਜ ਤੱਕ ਆਮਨੇ ਸਾਹਮਣੇ ਜਿੰਦ ਕੱਢ ਤੋਂ।